सब्सक्राइब करो NC7 न्यूज नू ते लेटेस्ट अपडेट पाने लिए प्रेस करो बेल आइकन। अगली खबर खन्ना तो आ रही है जिथों दे थाने दे SHO ते गंभीर इल्जाम लगे ने। SHO खन्ना बलजिंदर सिंह वालों 10 महीने पहला अपने कैबिन प्यो पुत समेत 3 जनों नु निर्वस्त्र करके उना दी वीडियो सोशल मीडिया ते पाउन दा इल्जाम है। DGP दिनकर गुप्ता ने शनिवार बलजिंदर दा तबादला लुधियाना रेंज तो फिरोजपुर रेंज करन दे निर्देश जारी कीते हन। इस दे नाल ही बलजिंदर सिंह खिलाफ विभागी कार्रवाई भी शुरू कर दी गई है। लुधियाना रेंज दे IG जसकरण सिंह वालों कीती शुरुआती जांच तो बाद यह फैसला लिया गया है। शुरुआती जांच पड़ताल च बलजिंदर सिंह ते लगे इल्जाम सही दसे गए ने। DGP दिनकर गुप्ता ने कहा कि पंजाब पुलिस अजिहियां घटनावां बर्दाश्त नहीं कीतियां जा सकदियां। अजिही अनुशासनहीनता लई किसे भी हालत च माफ नहीं कीता जावेगा। बलजिंदर सिंह वालों कीती हरकत दी इतराज योग वीडियो सोशल मीडिया ते वायरल होण मगरों 16 अप्रैल नूं DGP वालों जांच दे आदेश दिते गए सन, जिस लई खन्ना दे SSP हरप्रीत सिंह दी अगवाई च 3 मैंबरी SIT दा गठन कीता गया है। उधर इस मामले नूं लैके पीड़ित दा की कहना है ओह भी तुहानूं सुना दिंदे आं। ਹਮਰਾ ਜੀ ਮੈਂ ਉਹਦੇ ਖੇਤ ਉੱਤੇ ਪਨੀਰ ਪਾਣੀ ਲਾਈ ਜਾਂਦਾ ਸੀ ਪਨੀਰ ਨੂੰ ਉੱਥੇ ਜਿਹਨਾਂ ਨਾਲ ਝਗੜਾ ਸੀ ਰੂਬ ਲਾਉਣਾ ਸਾਡਾ ਦਰਾਜ ਤੋਂ ਉਹ ਆਪਣਾ ਉੱਥੇ ਆ ਗਿਆ ਉੱਥੇ ਜ਼ਮੀਨ ਬਣਨ ਲੱਗ ਗਈ ਮੇਰੀ ਫਸਲ ਬੀਜੀ ਹੋਈ ਸੀ ਮੱਕੀ ਬੀਜੀ ਟਾਂਡੀ ਬੀਜੀ ਹੋਈ ਸੀ ਮੇਰੀ ਪਹਿਲਾਂ ਉਹ ਬਾਅਦ ਹੀ ਉਹਨਾਂ ਨੇ ਮੈਂ ਰੋਕਿਆ ਉਹਨਾਂ ਨੂੰ ਵੀ ਨਾ ਮੈਂ ਬੀਜੀ ਫਸਲਾਂ ਨਾ ਪਾਓ ਯਾਰ ਉੱਥੇ ਮੁੰਡੇ ਮੇਰੇ ਨਾਲ ਸੀਗਾ ਮੈਂ ਜਿਹੜਾ ਕੰਮ ਕਰਦਾ ਹੈ ਇਹਨੇ ਮੂਵੀ ਬਣਾਉਣ ਲੱਗ ਗਿਆ ਮੈਂ ਵੀ ਬਣਾਰਾ ਬਣਾਇਆ ਵੀ ਅਫਸਰਾਂ ਨੂੰ ਜਾਨੂੰ ਬਜਿੰਦਰ ਸਿੰਘ ਜੀ ਆ ਗਏ ਉੱਥੇ ਤਾਂ ਇਹਨਾਂ ਨੂੰ ਮੈਂ ਕਿਹਾ ਮੈਂ ਮੇਰੀ ਪਨੀਰੀ ਪਾਉਣ ਤੋਂ ਰੋਕੋ ਉਹਨਾਂ ਨੂੰ ਵੀ ਪਨੀਰੀ ਨਾ ਬਣਾਉਣ ਇਹ ਵੀ ਬਾਕੀ ਜਿਵੇਂ ਤੁਸੀਂ ਕਰਾਓਗੇ ਅਸੀਂ ਬੈਠ ਕੇ ਕਰ ਲਵਾਂਗੇ ਉਹਦਾ ਇਹਨਾਂ ਨੇ ਮੇਰੀ ਗੱਲ ਸੁਣੀ ਵੀ ਕੋਈ ਆ ਕੇ ਮੇਰੇ ਨਾਲ ਹੱਥੋਪਾਈ ਹੋ ਗਏ ਮੇਰੇ ਮਾਰ ਲੱਗ ਗਏ ਥੱਪੜ ਮਾਰ ਲੱਗ ਗਏ ਅਤੇ ਡੰਡਾ ਫੜਦੇ ਨੇ ਹੱਥੋਪਾਈ ਹੋ ਗਏ ਉੱਥੇ ਮੈਨੂੰ ਆਪਦਾ ਮੇਰੇ ਬੱਚੇ ਦੇ ਮਾਰੀਆਂ ਨੇ ਡਾਂਗਾ ਡੂੰਗਾ ਅਤੇ ਸਾਨੂੰ ਗੱਡੀ 'ਚ ਬਿਠਾ ਲਿਆ ਥਾਣੇ ਲੈ ਗਏ ਥਾਣੇ ਜਾ ਕੇ ਫੇਰ ਸੜਨਾ ਉੱਥੇ ਉਹਨਾਂ ਨੇ ਸਾਡਾ ਬਹੁਤ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਮੈਂ ਵਾਰ ਵਾਰ ਚਾਹੁੰਦਾ ਨਹੀਂ ਸੀ ਵੀ ਆਪਾਂ ਇਹ ਚੀਜ਼ ਨੂੰ ਮਾਇਆ ਛੱਡੀਏ ਆਪਾਂ ਬਹੁਤ ਸਾਡੇ ਇਹਨਾਂ ਨੇ ਉਹ ਮੇਰੇ ਕਾਰਾਂ ਦੀ ਬੇਅਦਬੀ ਕਰੀ ਬਹੁਤ ਜ਼ਿਆਦਾ ਮੇਰੇ ਬੱਚੇ ਦੇ ਇਹਨਾਂ ਨੇ ਵਾਲ ਬਹੁਤ ਬਹੁਤ ਜ਼ਿਆਦਾ ਇਹਨਾਂ ਨੇ ਬਹੁਤ ਬੱਚੇ ਨੂੰ ਬਹੁਤ ਜ਼ਿਆਦਾ ਇਹਨਾਂ ਨੇ ਬਹੁਤ ਪੱਟੇ ਮੇਰੇ ਹਾਰ ਉਹਦੇ ਬਹੁਤ ਡਗਾ ਡੂੰਗਾ ਮਾਰੀਆਂ ਬੱਚੇ ਵੀ ਬਹੁਤ ਪੱਟੇ ਇਹਨਾਂ ਨੇ ਕੰਪਲੇਂਟ ਕਿੱਥੇ ਕਰਨੀ ਸੀ ਕੰਪਲੇਂਟ ਸਾਡੇ 'ਤੇ ਪਰਚਾ ਦੇ ਦਿੱਤਾ ਜੀ ਦੋ ਜਣੇ ਦੇ 'ਤੇ ਸਾਨੂੰ ਜੇਲ੍ਹ ਭੇਜ ਦਿੱਤਾ ਇਹਨਾਂ ਨੇ ਜੇਲ੍ਹ ਜਾ ਕੇ ਮੈਂ ਆਪਦਾ ਮੇਰੇ ਤਾਂ ਔਖਾ ਬਹੁਤ ਹੋ ਗਿਆ ਜੇਲ੍ਹ ਜਾ ਕੇ ਮੈਂ ਤਾਂ ਉੱਥੇ ਆਈ ਵੀ ਦਾਖਲ ਰਿਹਾ ਜੀ ਦੋ ਤਿੰਨ ਦਿਨ ਮੈਂ ਫਿਰ ਵੀ ਚਲੋ ਮੈਂ ਕੰਪਲੇਂਟ ਮੈਂ ਫਿਰ ਵੀ ਨਹੀਂ ਕਰੀ ਮੈਂ ਕਿਹਾ ਚੱਲ ਅਫਸਰ ਨੇ ਹੈ ਥਾਣੇ ਮੈਂ ਦੱਸ ਚੁੱਕਿਆ ਸੀ ਵਾਰ ਵਾਰ ਹੁਣ ਚੰਗਾ ਮੈਂ ਹੁਣ ਤੁਹਾਨੂੰ ਕਿੱਦਾਂ ਵਾਰ ਵਾਰ ਦੱਸਾਂ ਮੈਂ ਥਾਣੇ 'ਚ ਮੇਰੇ ਨਾਲ ਉਹ ਮੈਂ ਦੱਸਣਾ ਜੋ ਗੱਲੇ ਨਹੀਂ ਕੋਈ ਹੈ ਜੋ ਮੇਰੇ ਉਹ ਗੱਲ ਪਿੱਛੇ ਜਿਹੜੀ ਨਾ ਕਰੀ ਹੋਵੇ ਇਹਨਾਂ ਨੇ ਸਾਰੇ ਸਾਡੇ ਕੱਪੜੇ ਲਹਾ ਲਏ ਇਹਨਾਂ ਨੇ ਸਾਡੇ ਮੇਰੇ ਕਾਰਾਂ ਦੀ ਬੇਅਦ ਵੀ ਕਰੀ ਆ ਬਹੁਤ ਜ਼ਿਆਦਾ ਇਨਸਾਨ ਦੇਖੋ ਉਹ ਤਰਾਹੇ ਦੇ ਨੇ ਜੀ ਰੂਪ ਸਿੰਘ ਹੁਣੀ ਕੋਈ ਤਰਾਹੇ ਦੀ ਪਾਰਟੀ ਹਾਂ ਬੇਟੀ ਗੱਲ ਵੀ ਇਹਨਾਂ ਨਾਲ ਕੋਈ ਰਿਸ਼ਤੇਦਾਰੀ ਵੀ ਹੈ ਕੋਈ ਮਾੜਾ ਮੋਟਾ ਇਹਨਾਂ ਦਾ ਹੈਗਾ ਜੀ ਮੈਨੂੰ ਪਹਿਲਾਂ ਨੇ ਫੋਨ ਕਰਿਆ ਸੀ ਕਹਿੰਦਾ ਮੇਰੇ ਰਿਸ਼ਤੇਦਾਰ ਨੇ ਇਹ ਰਜਿੰਦਰ ਸਿੰਘ ਨੇ ਮੈਂ ਵੀ ਕੋਈ ਗੱਲ ਨਹੀਂ ਤੁਸੀਂ ਬੈਠ ਕੇ ਸਾਡਾ ਕਰਾ ਦਿਓ ਰਿਸ਼ਤੇਦਾਰ ਮੈਂ ਸਾਡਾ ਬਿਠਾ ਕੇ ਮੁਕਾ ਦਿਓ ਉਹਨਾਂ ਨਾਲ ਅਤੇ ਕਹਿੰਦਾ ਜੀ ਮੈਂ ਕੋਈ ਨਹੀਂ ਕਰਾਂ ਮੈਂ ਬੁਲਾਇਆ ਵੀ ਸੀ ਇੱਕ ਦਿਨ ਉਦੋਂ ਫਿਰ ਕਿਸੇ ਗੱਲ 'ਤੇ ਮੈਂ ਤਾਂ ਕਿਸੇ ਗੱਲ ਤੋਂ ਭੱਜਿਆ ਨਹੀਂ ਉਹਨਾਂ ਤੋਂ ਇਹ ਗੱਲ ਤਾਂ ਹੈ ਨਹੀਂ ਏਡਾ ਤਾਂ ਕੋਈ ਮਸਲਾ ਨਹੀਂ ਸੀ ਜਿਹੜਾ ਵੀ ਉੱਥੇ ਸਾਡੇ ਨਾਲ ਜਿਹੜਾ ਉਹਨਾਂ ਨੇ ਕਰਿਆ ਵੀ ਉਹ ਤਾਂ ਕੋਈ ਗੱਲ ਨਹੀਂ ਸੀ ਜ਼ਮੀਨਾਂ ਇਹ ਤਾਂ ਲੱਖਾਂ ਮਸਲੇ ਨੇ ਹਜ਼ਾਰਾਂ ਮਸਲੇ ਨੇ ਅਤੇ ਇੱਦਾਂ ਥੋੜ੍ਹੀ ਹੁੰਦਾ ਵੀ ਸੱਦ ਕੇ ਕਿਸੇ ਬੰਦੇ ਨਾਲ ਇੱਦਾਂ ਅਗਲੇ ਕਿਸੇ ਦੀ ਮਤਲਬ ਕਿ ਬੇਪ੍ਰਤੀਤੀ ਕਰੇ ਬੰਦਾ ਬੱਚੇ ਦੇ ਨਾਲ ਬੰਦਾ 100 ਵਾਰ ਇਨਸਾਨ ਤਾਂ 100 ਵਾਰ ਸੋਚੂਗਾ ਇਹੋ ਜਿਹਾ ਕਰਨ ਤੋਂ ਪਹਿਲਾਂ ਜੋ ਕਰਿਆ ਕੰਪਲੇਂਟ ਮੈਂ ਕਿੱਥੇ ਕਰਨੀ ਸੀ ਮੈਂ ਤਾਂ ਪਰਚਾ ਕੱਟ ਕੇ ਜੇਲ੍ਹ ਭੇਜਤਾ ਇਹਨਾਂ ਨੇ ਮੈਂ ਕਿਹਦੇ ਕੋਲ ਜਾਣਾ ਸੀਗਾ ਪ੍ਰਸ਼ਾਦ ਇਹ ਜਦੋਂ ਹੁਣ ਇਹਦਾ ਤਾਂ ਅਸੀਂ ਹਜੇ ਵੀ ਨਹੀਂ ਅਸੀਂ ਕੰਪਲੇਂਟ ਕੀਤੀ ਸੀ ਪਹਿਲਾਂ ਇਹ ਤਾਂ ਜਦੋਂ ਸਾਡੇ ਹੁਣ ਇਹਨਾਂ ਨੇ ਵੀਡੀਓ ਜਿਹੜੀ ਹੈਗੀ ਹੈ ਸਾਡੇ ਮੇਰੇ ਵਕੀਲ ਸਾਹਿਬ ਨੂੰ ਪਾਈ ਆ ਕਿਸੇ ਨੇ ਉਹਨਾਂ ਨੇ ਮੈਂ ਸੱਦ ਕੇ ਦਿਖਾਇਆ ਅਤੇ ਮੈਂ ਕਿਹਾ ਵੀ ਇਹ ਮੈਂ ਤਾਂ ਪਤਾ ਹੀ ਨਹੀਂ ਸੀਗਾ ਬਣਾਈ ਤਾਂ ਸਾਡੇ ਸਾਹਮਣੇ ਹੀ ਆ ਇਹਨਾਂ ਨੇ ਮੈਂ ਕਿਹਾ ਚੱਲ ਕਿਤੇ ਸਾਨੂੰ ਉੱਦਾਂ ਡਰਾਉਂਦੇ ਆ ਵੀ ਚੱਲ ਕਹਿੰਦੇ ਸੀ ਕਹਿੰਦੇ ਪਾਓ ਇਹਨਾਂ ਦੀ ਪਲੇਟ 'ਤੇ ਪਾਓ ਫਲਾਣਾ ਕਰੋ ਧਮਕਾ ਕਰੋ ਉੱਥੇ ਬੋਲਦੇ ਸੀਗੇ ਅਤੇ ਜਦੋਂ ਬਣਾਉਂਦੇ ਸੀਗੇ ਅਤੇ ਮੈਂ ਕਿਹਾ ਵੀ ਚੱਲ ਕਿਤੇ ਉੱਦਾਂ ਹੀ ਡਰਾਉਂਦੇ ਡਰਾਉਂਦੇ ਆ ਮੈਨੂੰ ਪਤਾ ਨਹੀਂ ਸੀ ਵੀ ਇਹ ਇਹਨਾਂ ਨੇ ਆਪਦਾ ਬਣਾ ਕੇ ਕਿੱਦਾਂ ਬਿੱਲ ਕਰ ਦੇਣੀ ਹੈ ਵਕੀਲ ਸਾਹਿਬ ਨੇ ਦਿਖਾਇਆ ਜੋ ਮੈਂ ਵੀ ਹਾਂ ਫਿਰ ਦੇਖੋ ਜੇ ਤਾਂ ਹੁਣ ਅਸੀਂ ਪ੍ਰਸ਼ਾਸਨ ਕੋਲ ਅਸੀਂ ਜਾਈਏ ਕਿੱਥੇ ਜਾਈਏ ਤਾਂ ਜਾਈਏ ਕਿੱਥੇ ਸਾਨੂੰ ਪਤਾ ਲੱਗੇ ਵੀ ਅਸੀਂ ਕਿਹਦੇ ਕੋਲ ਜਾਈਏ ਮੈਂ ਤਾਂ ਹੁਣ ਜੀ ਮੈਂ ਜਦੋਂ ਇਹ ਵਕੀਲ ਸਾਹਿਬ ਨੂੰ ਕਰਿਆ ਮੈਂ ਉਦੋਂ ਕਰਕੇ IG ਸਾਹਿਬ ਦੇ ਪੇਸ਼ ਹੋਇਆ ਜੀ ਅਤੇ ਮੈਂ ਬੇਨਤੀ ਕਰਦਾ ਸਰਕਾਰ ਨੂੰ ਵੀ ਸਾਡੇ CM ਸਾਹਿਬ ਨੂੰ ਵੀ ਸਾਰੇ ਮੈਂ ਤਾਂ ਇਹ ਕਹਿੰਦਾ ਵੀ ਸਰਵੇ ਨਾਲ ਸਾਫ ਹੋਣਾ ਚਾਹੀਦਾ
ਦੇਖੋ ਦੁਨੀਆਂ ਤੇ ਜੇ ਇੱਦਾਂ ਤੁਸੀਂ ਇੱਦਾਂ ਹੋਣ ਲੱਗ ਗਿਆ ਗੁਰਸਿੱਖ ਬੰਦੇ ਨਾਲ, ਮੈਂ ਚਾਹੁੰਦਾ ਨਹੀਂ, ਮੈਂ ਵਾਰ ਵਾਰ ਮੈਂ ਇਹ ਚੀਜ਼ ਨੂੰ ਮੂਹਰੇ ਨਹੀਂ ਰੱਖਣਾ ਚਾਹੁੰਦਾ ਹੈਗਾ, ਪਰ ਵੀ ਆਪਦੇ ਆਪ ਕੋਈ ਬੰਦਾ ਹਿਸਾਬ ਲਾ ਸਕਦਾ ਵੀ ਇਹ ਇੱਦਾਂ ਦਾ ਤਾਂ ਕੋਈ ਮਸਲਾ ਹੈ ਨਹੀਂ ਇਹ ਜਿਹੜਾ ਇਹਨਾਂ ਨੇ ਮੇਰੇ ਕਾਰਾਂ ਤੱਕ ਜਾਣ ਦੀ ਕੀ ਜ਼ਰੂਰਤ ਸੀ ਇਹਨੂੰ। ਦੇਖੋ ਗੁਰਸਿੱਖ ਆ ਆਪ ਵੀ ਸਿੱਖ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਬੰਦਾ, ਇਹ ਸਾਨੂੰ ਪਤਾ ਵੀ ਅਸੀਂ ਉਦੋਂ ਦੇ ਕਿੱਦਾਂ ਤੁਰੇ ਫਿਰਦੇ ਹਾਂ ਜਿਹੜੀ ਸਾਡੇ ਨਾਲ ਹੋਈ ਆ, ਇਹ ਸਾਨੂੰ ਸਾਡਾ ਅੰਦਰ ਪੁੱਛ ਕੇ ਦੇਖਿਆ ਵੀ ਅਸੀਂ ਕਿੱਦਾਂ ਤੁਰੇ ਫਿਰਦੇ ਹਾਂ ਉਦੋਂ ਦੇ ਸਾਡੇ ਨਾਲ ਹੋਈ ਆ। ਮੇਰਾ ਬੇਟਾ ਸੀਗਾ ਜੀ ਦੂਜੇ ਦਾ ਮੁੰਡਾ ਜਿਹੜਾ ਮੇਰੇ ਨਾਲ ਹੁੰਦਾ ਜੀ ਕੰਮ ਕਰਦਾ, ਮੇਰੇ ਨਾਲ ਨਾਲੇ ਰਹਿੰਦਾ, ਮੇਰੇ ਸ਼ੁਰੂ ਤੋਂ ਜ਼ਿਆਦਾ ਛੋਟਾ ਹੁੰਦਾ ਮੇਰੇ ਨਾਲੇ ਆ ਜੀ। ਬੇਟਾ ਤਾਂ ਮੈਂ ਪਿਛਲੇ ਸਾਲ ਦੇ 19 ਸਾਲ ਦਾ ਸੀਗਾ ਜੀ, 19-20 ਸਾਲ ਦੇ ਹੋਣ ਲੱਗਿਆ। ਹਾਂ ਜੀ, ਇੰਨਾ ਕੁਛ ਹੋਣ ਦੇ ਬਾਵਜੂਦ ਪਰਚਾ ਝੂਠਾ ਮੇਰੇ 'ਤੇ ਹਲ ਝੂਠਾ ਹਲਾਂ ਦਾ ਪਰਚਾ ਦੇਖੋ ਜੀ ਸਾਡੇ 'ਤੇ ਦੇ ਦਿੱਤਾ ਇਹਨਾਂ ਨੇ। ਮੈਂ ਆਪਦੇ ਖੇਤ 'ਚੋਂ ਹਲ ਕਿੱਥੇ ਚੱਕ ਕੇ ਜਾਣੇ ਸੀਗੇ, ਆਪਦੇ ਖੇਤ ਦੇ ਵਿੱਚ ਵੀ ਮੈਨੂੰ ਇਹਨਾਂ ਨੇ ਪਰਚਾ ਦਿੱਤਾ ਵੀ ਚੋਰੀ ਕਰਕੇ ਲੈ ਗਿਆ ਹਲ ਇਹ, ਮੈਂ ਹਲ ਚੋਰੀ ਕਰਕੇ ਕਿੱਥੇ ਜਾਣੇ ਸੀ ਆਪਦੇ ਖੇਤ 'ਚੋਂ। ਮੈਂ ਤਾਂ ਹੱਥ ਬੰਨ ਕੇ ਬੇਨਤੀ ਕਰਦਾ ਵੀ ਦੇਖੋ ਛੋਟਾ ਜਿਹਾ ਮਸਲਾ ਸੀਗਾ ਇਹ, ਕਿੱਥੇ ਤੱਕ ਇਹਨੂੰ ਛੱਡੇ ਗਿਆ। ਅੱਜ ਦੇਖੋ ਮੇਰੇ ਬੱਚੇ ਨੇ, ਮੇਰੇ ਬੱਚੇ ਨੂੰ ਹੁਣ ਤੱਕ ਪਤਾ ਨਹੀਂ ਸੀ, ਹੁਣ ਤੁਹਾਡੇ ਇਹਦੇ ਦੇਖੋ ਇਹਦੇ ਨਾਲ ਜੇ ਮੇਰੇ ਘਰ ਦੇ ਵਿੱਚ ਕੋਈ ਨੁਕਸਾਨ ਹੋ ਗਿਆ, ਮੇਰੇ ਬੱਚੇ ਦਾ ਨੁਕਸਾਨ ਹੋ ਗਿਆ ਕੋਈ, ਹਜੇ ਤੱਕ ਉਹਨੂੰ ਪਤਾ ਨਹੀਂ, ਰਿਸ਼ਤੇਦਾਰੀ ਜਾਂ ਬਾਹਰ ਆ ਮੈਂ ਹੁਣ ਵੀ ਕਹੀ ਜਾਂਦਾ, ਹਜੇ ਉਹ ਪਤਾ ਨਹੀਂ ਹੁਣ ਜੇ ਉਹਨੂੰ ਦੇਖ ਲਈ ਜਾਂ ਕੋਈ ਹੋਰ। ਦੇਖੋ ਉਹਨੇ ਕੇਸ ਕਟਾ ਦੇ ਆਪਦੇ, ਉਸ ਤੋਂ ਬਾਅਦ 'ਚ ਉੱਥੋਂ ਆ ਕੇ ਉਹ ਕਹਿੰਦਾ ਪਾਪਾ ਮੈਂ ਹੁਣ ਬੱਚੇ ਨੂੰ ਮੈਂ ਕੀ ਕਹਿ ਸਕਦਾ, ਵਾਲ ਕਟਾ ਦੇ ਉਹਨੇ ਆਪਦੇ। ਮੈਂ ਉਹਨੂੰ ਵਿਚਾਰੇ ਨੂੰ ਕਹਿਣਾ ਸੀਗਾ, ਮੈਂ ਫਿਰ ਵੀ ਕਿਹਾ ਮੈਂ ਬੇਟਾ ਕੋਈ ਗੱਲ ਨਹੀਂ, ਕਿਹਾ ਤਾਂ ਤਰਾ ਚੜਾ ਜ਼ਿੰਦਗੀ ਦੇ ਚੱਲ ਆਉਂਦੇ ਰਹਿੰਦੇ ਆ, ਵੀ ਬਸ ਤੂੰ ਵਾਲ ਨਹੀਂ ਕਟਾਉਣੇ। ਬਸ ਇਹ ਮੇਰੀ ਬੇਨਤੀ ਆ ਭਾਈ ਸਰਕਾਰ ਨੂੰ ਵੀ ਸਾਡੇ ਨਾਲ ਸਾਫ਼ ਕੀਤਾ ਜਾਵੇ, ਜੋ ਇਹਨੂੰ ਬਣਦੀ ਦਿੱਤੀ ਜਾਵੇ ਭਾਈ। ਦੇਖੋ ਗੁਰਸਿੱਖ ਬੰਦੇ ਦਾ ਤਾਂ ਦੇਖੋ ਮੈਂ ਫਿਰ ਬੇਨਤੀ ਕਰਦਾ ਵਾਰ ਵਾਰ ਵੀ ਜੋ ਉਹਨੇ ਮੇਰੇ ਨਾਲ ਕਰਿਆ, ਮੇਰੇ ਕਰਨ ਦੀ ਬੇਅਦਬੀ ਕਰੀ ਆ, ਇੱਦਾਂ ਕੋਈ ਇਨਸਾਨ ਕਿਸੇ ਨੇ ਕਰ ਨਹੀਂ ਸਕਦਾ। ਜਿਹੜਾ ਇਨਸਾਨ ਹੋਊ ਉਹ ਕਦੇ ਵੀ ਨਹੀਂ ਕਰਦਾ, ਜਿਹੜਾ ਜਾਗਦਾ ਜਿਹੜਾ ਜ਼ਮੀਰ ਦਾ ਜਾਗਦਾ ਇਨਸਾਨ ਆ ਉਹ ਕਦੇ ਵੀ ਇੱਦਾਂ ਦਾ ਕੋਈ ਇਹਦੀ ਘੜੌੜੀ ਹਰਕਤ ਨਹੀਂ ਕਰਦਾ ਜੋ ਉਹਨੇ ਮੇਰੇ ਨਾਲ ਕਰੀ ਆ।